ਸਰੀ ਦੇਸ਼ ਨੂੰ ਤੇ ਉਹ ਹਿੰਸਾ ਦੀ ਸੈਲੀਬ੍ਰੇਸ਼ਨ ਦੀ ਮਨਜ਼ੂਰੀ ਕਿਵੇਂ ਦੇ ਸਕਦਾ ਹੈ। ਹਿੰਸਾ ਦਾ ਜਸ਼ਨ ਮਨਾਉਣ ਅਤੇ ਵਡਿਆਈ ਕਰਨਾ ਸਭਿਅਕ ਸਮਾਜ ਦਾ ਹਿੱਸਾ ਨਹੀਂ ਹੈ। ਅਸੀਂ ਆਪਣੀ ਹਾਈ ਕਮਿਸ਼ਨਰ ਨੂੰ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਅਵਾਰਡਾ ਬਿਆਨ ਸਟੇਟਮੈਂਟ ਦਿੱਤੀ ਗਈ ਹੈ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਕੈਨੇਡਾ ਤੋਂ ਹਾਈ ਕਮਿਸ਼ਨਰ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਭਾਰਤ ਦੇ ਵੱਖ-ਵੱਖ ਐਲੀਮੈਂਟਸ ਤੇ ਐਕਸ਼ਨ ਦੀ ਮੰਗ ਕਰਦੇ ਹੋਏ ਕੈਨੇਡਾ ਦੇ ਮੈਲਟਨ ਚ ਨਗਰ ਕੀਰਤਨ ਦੌਰਾਨ ਖਾਲਿਸਤਾਨ ਦੀ ਵਿਵਾਦਿਤ ਝਾਂਕੀ ਕੱਢੀ ਗਈ ਸੀ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਭਾਰਤ ਨੇ ਕੜਾ ਵਿਰੋਧ ਜਤਾਇਆ ਹੈ। ਉਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਜਦੋਂ ਕਿ ਜਸਟਿਨ ਟਰੂਡੋ ਇੱਕ ਸਮਾਗਮ ਚ ਪਹੁੰਚੇ ਸੀਗੇ। ਜਿਵੇਂ ਹੀ ਉਹ ਸਟੇਜ ਤੇ ਜਾਂਦੇ ਨੇ ਤੇ ਖਾਲਿਸਤਾਨ ਪੱਖੀ ਨਾਰੇ ਉਹਨਾਂ ਦੇ ਸਾਹਮਣੇ ਹੀ ਲਗਾਏ ਜਾਂਦੇ ਨੇ। ਉਸ ਤੇ ਵੀ ਪਰ ਸਰਕਾਰ ਦੇ ਵੱਲੋਂ ਕਰੜਾ ਪ੍ਰਤੀਕਰਮ ਦਿੱਤਾ ਗਿਆ ਸੀਗਾ। ਹੁਣ ਕੈਨੇਡਾ ਨੂੰ ਭਾਰਤ ਦੇ ਵੱਲੋਂ ਦੋ ਟੂਕ ਕਿਹਾ ਗਿਆ ਹੈ ਕਿ ਫ੍ਰੀ ਸਪੀਚ ਦੇ ਨਾਮ ਤੇ ਕੱਟੜਪੰਥੀਆਂ ਨੂੰ ਉਤਸ਼ਾਹਿਤ ਨਾ ਕੀਤਾ ਜਾਏ। ਕੈਨੇਡਾ ਲੋਕ ਦੇਸ਼ ਹੈ, ਉਹ ਹਿੰਸਾ ਦੀ ਸੈਲੀਬ੍ਰੇਸ਼ਨ ਦੀ ਮਨਜ਼ੂਰੀ ਕਿਵੇਂ ਦੇ ਸਕਦਾ ਹੈ ਤੇ ਸੈਂਕੜੇ ਲੋਕ ਇਸ ਨਗਰ ਕੀਰਤਨ ਚ ਵਿੱਚ ਜਾ ਸਕਦੇ ਨੇ। ਹਿੰਸਾ ਦਾ ਜਸ਼ਨ ਮਨਾਉਣ ਅਤੇ ਵਡਿਆਈ ਕਰਨਾ ਸਭਿਅਕ ਸਮਾਜ ਦਾ ਹਿੱਸਾ ਨਹੀਂ ਹੈ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਕਲੀਅਰ ਕੀਤਾ ਗਿਆ ਕਿ ਅਸੀਂ ਆਪਣੇ ਹਾਈ ਕਮਿਸ਼ਨਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਦੋਵਾਂ ਹੀ ਦੇਸ਼ਾਂ ਦੇ ਵਿਚਾਲੇ ਜੋ ਵਿਵਾਦ ਹੈ ਲਗਾਤਾਰ ਜਾਰੀ ਹੈ। ਅਸੀਂ ਕਹਿ ਸਕਦੇ ਹਾਂ ਕਿ ਕੋਲਡ ਵਾਰ ਹੈ, ਜਿਸ ਤਰ੍ਹਾਂ ਕਿ ਕੈਨੇਡਾ ਦੀ ਪਾਰਲੀਮੈਂਟ ਜਸਟਿਨ ਟਰੂਡੋ ਦੇ ਕੋਲ ਇਲਜ਼ਾਮ ਲਗਾਏ ਗਏ ਸੀਗੇ ਕਿ ਨਿੱਜਰ ਕਤਲਕਾਂਡ ਚ ਭਾਰਤ ਦਾ ਹੱਥ ਹੈ। ਉਸ ਤੋਂ ਬਾਅਦ ਹੀ ਆ ਜੋ ਰਿਸ਼ਤਿਆਂ ਤੇ ਅਸਰ ਪਿਆ ਸੀਗਾ। 41 ਕੈਨੇਡੀਅਨ ਡਿਪਲੋਮੈਟਸ ਨੂੰ ਵਾਪਸ ਭੇਜ ਦਿੱਤਾ ਗਿਆ ਸੀਗਾ। ਕੁਝ ਡਿਪਲੋਮੈਟਸ ਭਾਰਤ ਦੇ ਵੱਲੋਂ ਵੀ ਕੈਨੇਡਾ ਤੋਂ ਵਾਪਸ ਬੁਲਾਏ ਗਏ ਸੀਗੇ। ਟੈਂਪਰੇਰੀ ਤੌਰ ਤੇ ਵੀਜ਼ਾਸ ਵੀ ਸਸਪੈਂਡ ਕੀਤੇ ਗਏ ਸੀਗੇ। ਉਸ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਦੇ ਵਿਚਾਲੇ ਤਲਖੀ ਲਗਾਤਾਰ ਬਰਕਰਾਰ ਹੈ। ਹਾਲਾਂਕਿ ਭਾਰਤ ਸਰਕਾਰ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਜੋ ਕੱਟੜਪੰਥੀ ਜਿੰਨੀਆਂ ਵੀ ਐਕਸਟ੍ਰੀਮਿਸਟ ਫੋਰਸਿਸ ਨੇ ਉਹਨਾਂ ਦੇ ਖਿਲਾਫ ਪਰ ਕੈਨੇਡੀਅਨ ਸਰਕਾਰ ਦੇ ਵੱਲੋਂ ਕੋਈ ਕਾਰਵਾਈ ਜੋ ਹੈ ਉਹ ਕੀਤੀ। ਹਰਦੀਪ ਨਿੱਜਰ ਕਤਲਕਾਂਡ ਨੂੰ ਲੈ ਕੇ ਕੈਨੇਡਾ ਨੇ ਫਿਰ ਭਾਰਤ ਤੇ ਗੰਭੀਰ ਇਲਜ਼ਾਮ ਲਗਾਏ ਨੇ। ਕੈਨੇਡੀਅਨ ਵਿਦੇਸ਼ ਮੰਤਰੀ ਮੈਲਨੀ ਚੋਨੀ ਦਾ ਵੱਡਾ ਬਿਆਨ ਸਿਰਫ ਸਾਹਮਣੇ ਆਈ ਹੈ। ਮੈਲਨੀ ਨੇ ਕਿਹਾ ਹੈ ਕਿ ਨਿੱਜਰ ਕਤਲਕਾਂਡ ਚ ਭਾਰਤੀ ਏਜੰਟ ਸ਼ਾਮਲ ਹਨ ਅਤੇ ਜੋ ਇਲਜ਼ਾਮ ਲਗਾਏ ਨੇ ਉਹਨਾਂ ਤੇ ਕਾਇਮ ਹੈ। ਕੈਨੇਡਾ ਦੀ ਧਰਤੀ ਤੇ ਕੈਨੇਡੀਅਨ ਨਾਗਰਿਕ ਦਾ ਭਾਰਤੀ ਏਜੰਟ ਨੂੰ ਕਤਲ ਕੀਤਾ ਹੈ ਤੇ ਕੈਨੇਡਾ ਵੱਲੋਂ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ। ਮੈਲਨੀ ਨੇ ਕਿਹਾ ਹੈ, ਫੋਰਨ ਮਿਨਿਸਟਰ ਨੇ, ਕੈਨੇਡਾ ਦੀ ਤਰਜੀਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨਾ ਹੈ। ਅਸੀਂ ਰੂਲ ਆਫ ਲਾ ਦੀ ਰੱਖਿਆ ਕਰਾਂਗੇ ਤੇ ਕੈਨੇਡਾ ਚ ਭਾਰਤ ਦੇ ਹਾਈ ਕਮਿਸ਼ਨ ਸੰਜੇ ਕੁਮਾਰ ਵਰਮਾ ਨੇ ਕਿਹਾ ਹੈ ਕਿ ਦੋਵੇਂ ਦੇਸ਼ ਮਤਭੇਦਾਂ ਨੂੰ ਹੱਲ ਕਰਨ ਚ ਲੱਗੇ ਹੋਏ ਨੇ। ਦੋਵੇਂ ਦੇਸ਼ਾਂ ਦੇ ਵਿਚਾਲੇ ਸਰਕਾਰੀ ਪੱਧਰ ਤੇ ਕਾਫੀ ਚਰਚਾ ਹੋ ਰਹੀ ਹੈ। ਸਾਡੀ ਚਿੰਤਾ ਕੈਨੇਡਾ ਦੀ ਧਰਤੀ ਤੇ ਪੈਦਾ ਹੋਣ ਵਾਲੇ ਕੌਮੀ ਸੁਰੱਖਿਆ ਦੇ ਖਤਰਿਆਂ ਨੂੰ ਲੈ ਕੇ ਹੈ। ਆ ਸੰਜੇ ਵਰਮਾ ਦੇ ਵੱਲੋਂ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਹੈ ਕਿ ਇਹ ਖਤਰੇ ਵੱਡੇ ਪੱਧਰ ਤੇ ਕੈਨੇਡੀਅਨ ਸੈਕਸ਼ਨ ਤੋਂ ਪੈਦਾ ਹੋ ਰਹੇ ਹਨ। ਇਸ ਵਿਚਾਲੇ ਆ ਪੂਰਾ ਜੋ ਵਿਵਾਦ ਹੈ ਲਗਾਤਾਰ ਬਰਕਰਾਰ ਹੈ। ਮੈਲਨੀ ਚੋਲੀ ਜੋ ਕਿ ਫੋਰਨ ਡਿਫੈਂਸ ਮਿਨਿਸਟਰ ਨੇ, ਫੋਰਨ ਮਿਨਿਸਟਰ ਨੇ ਕੈਨੇਡਾ ਦੇ ਵੱਲੋਂ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ, ਇੱਕ ਸਟੇਟਮੈਂਟ ਦਿੱਤੀ ਗਈ। ਕੈਨੇਡਾ's position has always been clear. Our job is to protect Canadians and we stand by the allegations that a Canadian was killed on Canadian soil by Indian agents. Now, the investigation by the RCMP is being done. I won't further comment, and no other officials from our government will further comment. What I'm telling, though, on the question of the relationship with India, is I think that it's always better when diplomacy remains in private, and Canada will continue to stand by, first, protecting Canadians, making sure that we also protect our sovereignty, and in the end, also, we need to protect our rule of law. But let me assure you that there is a lot of noise beyond what is being done. A lot of discussions at the government level, both sides, is happening. And through the diplomatic channels, these channels are not open to public. And these diplomatic channels are trying to find solutions and resolutions to the issues of concern on both sides. And the way in which it is moving, I think it will come to both sides to see the virtue of resolving the issues, satisfying the concerns of both sides. As far as I'm concerned, my concern is national security threats emanating from the land of Canada. These threats are largely emanating from the Canadian citizens. So these two are my red lines. We are ready to sit down on the table any day, and we are doing that, and we are trying to resolve this issue.
हुनगल करांगे बीजेपी कैंडिडेट परमपाल कौर दी जिन्हां दी सियासी राह होर मुश्किल हो गई है। पंजाब सरकार ने अस्तीफा ना मंजूर कर दिता है। परमपाल कौर नूं नोटिस जारी किया गया पंजाब सरकार दे वल्लों। इस विचाले तुरंत प्रभाव नाल ड्यूटी ते हाजर होण दे हुकम दिते गए ने। सरकार दा कहना है कि ड्यूटी ते हाजर ना होण ते कार्रवाई की जाएगी। सरकार दा तर्क है कि अस्तीफा देण दा तरीका गलत है ते नोटिस पीरियड तो रियायत नहीं दी गई। पंजाब च ऑफिसर्स दी घाट है, सरकार दा तर्क है नोटिस च बकायदा मेंशन किया गया है। वॉलंटरी रिटायरमेंट स्कीम दा गलत आधार बनाया गया है। दस बठिंडा तो बीजेपी उम्मीदवार ने परमपाल कौर, सिकंदर सिंह मलूका दी नूंह ने, टकसाली आगू ने। इस विचाले उन्होंने वालों वीआरएस स्कीम ऑफर की गई थी, आईएएस ऑफिसर ने सबका, ते उन्होंने वालों बीजेपी ज्वाइन की गई थी। उस तो बाद बीजेपी वालों बठिंडा लोक सभा सीट तो उन्होंने चोन मैदान च उतारे गया सीगा। ते हुण परमपाल कौर दीआं मुश्किलां वध सकदीआं ने क्योंकि पंजाब सरकार दे वालों नोटिस उन्होंने जारी किया गया है कि तुरंत प्रभाव नाल ड्यूटी ते हाजर। बठिंडा की सियासी फाइट का जिक्र कर रहे हैं ग्राफिक्स जरिए, तो दस रहे हैं कि पार्टी के वालों के कैंडिडेट चोन मैदान च उतारे गए हैं। आम आदमी पार्टी के वालों गुरमीत सिंह खुडिया चोन मैदान च उतरे ने। खेतीबाड़ी मंत्री ने मंत्रालय उन्होंने कोल है। जीत महेंद्र सिंह सिद्धू कांग्रेस पार्टी के वालों चोन मैदान च उतारे गए ने। परमपाल कौर बीजेपी के वालों चोन मैदान च उतारे गए ने। बठिंडा लोक सभा सीट तो हरसिमरत कौर बादल चौथी बार चोन मैदान च उतरे ने। सिटिंग एम पी ने बठिंडा तो बादलों का गढ़ कही जाती है सीट। लखा सिधाणा दस दे कि शुमने अकाली दल अमृतसर तो चोन मैदान च उतारे गए। हुण परमपाल कौर की सियासी मुश्किलां वध सकदियां ने। जो पंजाब सरकार है नोटिस जारी किया गया है ते आदेश दिते गए ने कि तुरंत प्रभाव के नाल जॉब ते आया जाए। पंजाब च नामजदगियां दा अज दूजा दिन है। कल तो नामजदगियां भरन दा दौर शुरू होया सीगा 7 मई तो अज दूजा दिन है। कांग्रेस उम्मीदवार अज अपना पर्चा भरनगे, नामजदगी भरनगे। सुखपाल सिंह खैरा ते डॉक्टर तरबीर गांधी अपनी नॉमिनेशन पेपर्स फाइल करनगे। संगरूर तो चोन मैदान च उतरे ने सुखपाल सिंह खैरा। चोन प्रचार जोरों शोरों नाल कीता जा रहा है ते डॉक्टर तरबीर गांधी पटियाला शाही सीट तो चोन मैदान च उतरे ने। प्रनीत कौर नूं टक्कर दे रहे ने ते कल पहले दिन ही 13 कैंडिडेट्स दे वलों अपने नॉमिनेशन पेपर्स फाइल किए गए थे, नामजदगी दाखिल की गई थी। हालांकि कल किसी वड्डे चेहरे ने नॉमिनेशन नहीं फाइल किया। अज दो वड्डे चेहरे का जिक्र कर रहे हैं। कांग्रेस के सुखपाल सिंह खैरा संगरूर लोकसभा सीट तो चोन मैदान च उतरे ने। उन्होंने वालों तो डॉक्टर तरबीर गांधी के वालों अपना पर्चा भरया जाएगा। कांग्रेस का नॉमिनेशन स्कैड्यूल भी तुम अपनी टीवी स्क्रीन पर वेख पा रहे हो। 8 मई को सुखपाल खैरा नॉमिनेशन पेपर फाइल करेंगे। 8 मई को ही डॉक्टर तरबीर गांधी, कुलबीर जीरा 9 मई को फाइल करेंगे नॉमिनेशन पेपर। 10 मई को सुखजिंदर सिंह रंधावा गुरदासपुर चोन मैदान च उतरे ने, वह नॉमिनेशन पेपर फाइल करेंगे। 10 मई को ही चन्नी जलंधर को नॉमिनेशन पेपर फाइल करेंगे। 10 मई को डॉक्टर अमर सिंह प्रेजेंट सिटिंग एम पी ने, उन्होंने वालों नॉमिनेशन पेपर फाइल किए जाएंगे। यामिनी गोमर होशियारपुर चोन मैदान च उतरे ने, 10 मई को नॉमिनेशन पेपर फाइल करेंगे। 11 मई को गुरजीत औजला, 13 मई को विजय इंदर सिंगला जो श्री आनंदपुर साहब चोन मैदान च उतरे ने, उन्होंने वालों अपने नॉमिनेशन पेपर फाइल किए जाएंगे।